yambola 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 केबल अखबार इश्तिहार दिते हां तो मेरी गल सुन ओने 20 लाख रुपया दा इश्तिहार दिता ते तू 50 लाख रुपया हक मैर लिखा देना आपा को तलाक ले लेनी फिर तू इहदे नाल ब्याह कर ले अच्छा मैं जी जानू कहंदा मेरे साहब दा ब्याह नहीं होया ते बहुत अमीर है हां अच्छा हैं ते ओ 70 लाख रुपया 70 लाख ते 50 लाख दी दिहाड़ी वड्डी दिहाड़ी ते जानू जानू क्यों ना एक आइडिया आया मेरे ज़हन च की क्यों ना असी दे कोनो पैसा खो लेइए ओ बुड्ढी तेरी कारीगर है मान लेऊंगी गल कर लो वापस कर ब्याह दा करना ना ब्याह करना ते हक मैच की देगा मेनू ओ हक मैच तू ओदे को 50 लाख रुपया लिखाउणा वा अच्छा ते तू मिडन दिहाड़ियां तू दो कटनी ते तू तलाक आपा करा देनी मैं तेरी लाली हां जानू तुम ते पता मैं प्यार सिर्फ ताडे नाल ही करदी आ ਤੁਹਾਡੇ ਤੋਂ ਬਗੈਰ ਮੇਰਾ ਦਿਲ ਨਹੀਂ ਲੱਗਣਾ ਲੇਕਿਨ ਕੀ ਕਰਾਂ ਤੁਹਾਡੇ ਕੋਲ ਪੈਸੇ ਵੀ ਦੇ ਰਹੇ ਨਾ ਤੇ ਇੰਜ ਕਰੀਏ ਕਿ ਮੈਂ ਉਹਦੇ ਨਾਲ ਧੋਖਾ ਕਰਾਂ ਉਹਦੇ ਨਾਲ ਵਿਆਹ ਕਰਾਂ ਉਹਦੇ ਨਾਲ ਤੂੰ ਵਿਆਹ ਕਰੇਗੀ ਹਾਂ ਉਹਨੂੰ ਪਿਆਰ ਦੇ ਜਾਲ 'ਚ ਫਸਾਵਾਂ ਅੱਛਾ ਤੇ ਉਹਦਾ ਪੈਸਾ ਸਾਰਾ ਹੜੱਪ ਕਰ ਜਾਵਾਂ ਆਏ 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 ਫਿਰ ਮੈਂ ਉਹਦੇ ਕੋਲੋਂ ਤਲਾਕ ਲੈ ਕੇ ਫਿਰ ਆਪਣੇ ਜਾਨ ਨਾਲ ਵਾਪਸ ਵਿਆਹ ਕਰ ਲਾਂਗੀ ਤਲਾਕ ਲੈ ਲਈ ਜਾਨੂ ਤਲਾਕ ਲੈਣਾ ਬੜੀ ਮੁਸ਼ਕਲ ਹੈ ਮੈਨੂੰ ਇੰਨਾ ਤੰਗ ਕਰਨਾ ਉਹਨੇ ਆਪ ਦੇਣੀ ਮੈਨੂੰ ਹਾਂ ਜਲਦੀ ਲੈ ਲਈ ਤਲਾਕ ਹੈ ਨਾ ਹਾਂ 70 ਲੱਖ 70 ਲੱਖ ਚਲਾ ਮੈਂ ਤੈਨੂੰ ਆਪਣੇ ਸਾਹਮਣ ਮਲਾਉਂਦਾ ਮੈਨੂੰ ਇੱਥੇ ਹੀ ਰਹਿਣ ਦੇ ਇੱਕ ਦੋ ਮੇਰੇ ਕਹਿੰਦੇ ਆ ਤੂੰ ਆ ਮੇਰੀ ਗੱਲ ਸੁਣ ਉਸ ਕਲਾਕ ਮੇਰੀ ਕੰਪਨੀ ਉਹ ਚਲਾਕ ਲੈ ਲਈ ਨਹੀਂ ਕੱਪੜੇ ਗੱਡੀ ਉਹ ਮੇਰੇ ਨਹੀਂ ਕੱਪੜੇ ਜੁੱਤੀਆਂ ਮੈਂ ਅਮੀਰ ਹੋ ਜਾਣਾ ਵੱਡੀ ਗੱਡੀ ਕੋਠੀ ਹਾਏ 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 ਹਾਂ ਅਯਾਸ਼ੀ ਕਰਾਂਗੀ ਮੈਂ ਵੀ ਹੁਣ ਵੱਡੇ ਪਾਰਲਰ 'ਚ ਜਾ ਕੇ ਫਿਸ਼ਲ ਕਰਵਾਵਾਂਗੀ ਫਿਸ਼ਲ ਆ ਤੇ ਜਾਏ ਅੱਜ ਇੱਥੇ ਬਣ ਕੇ ਬਹਿ ਜਾਂਦੀ ਹੈ ਚਲੋ ਕੌਣ ਹੋ ਤੁਸੀਂ ਮੋਹਤਰਮਾ ਤੁਸੀਂ ਕੌਣ ਮੈਨੇ ਆਪਕੋ ਨਹੀਂ ਪਹਿਚਾਨਾ ਕਾਲਜ ਵੀ ਉਹੀ ਗੱਲ ਘਰ ਚ ਵੀ ਉਹੀ ਗੱਲ ਇਹ ਹੈ ਕੌਣ ਤੁਸੀਂ ਕੌਣ ਹੋ ਮੈਂ ਇਸ ਘਰ ਦਾ ਮਾਲਕ ਇਸ ਘਰ ਦੇ ਮਾਲਕ ਹੋ ਸਕਦਾ ਮੈਂ ਵਾਲੇ ਹੋ ਕਿਤਨੇ ਹਸੀਨ ਹੈ ਆਪ ਕੀ ਬਾਤ ਹੈ ਮੁੰਡੇ ਕੀ ਬਾਤ ਹੈ ਕੀ ਫਿਗਰ ਹੈ ਹੋ My God! Oh, my God! Sidhyo, you kare. Oh, six pack. Oh, my God! Aisi body maine aaj se pehle kisi ki nahi dekhi. Oh, meri bhen kadai kadai. Oh, oye! Main mar gayi oye. Aisi zalim aankh. है कातल आख मैं पहली बार देखी ऐ नए नक्श किदा कड़के बनाए किसी ने गुंडे डंडे वाले ने माय गॉड मैनू नहीं पता मैं तेरे इश्क च पागल हो गई हां मैं तेरे नाल ब्याह करना चाहंदी हां मैनू नहीं पता मैं अंधी हो गई हां तेरे इश्क च मैं अंधी हो गई हां मैं भी क्या ਫੁੱਫੀ ਦੀਆਂ ਕੁੜੀਆਂ ਵੀ ਤੇਰੇ ਲਈ ਛੱਡੀਆਂ ਤਾਈ ਦੀਆਂ ਕੁੜੀਆਂ ਵੀ ਤੇਰੇ ਲਈ ਛੱਡੀਆਂ ਹਾਏ ਜਾਨੂ ਤੂੰ ਮੈਨੂੰ ਇੰਜ ਲੱਗਦੀ ਆ ਕਿ ਤੇਰਾ ਮੇਰਾ ਪਿਆਰ ਹੋਏਗਾ ਵਿਆਹ ਵੀ ਹੋਏਗਾ ਮੈਨੂੰ ਕਾਲਜ ਚਾਹੀ ਜੀ ਕੁੜੀ ਨਹੀਂ ਸੀ ਲੱਭਣੀ ਕਿੱਥੇ ਰਹਿ ਗਿਆ ਮੇਰਾ ਸਾਹਬ ਜਦੋਂ ਦਾ ਮੈਂ ਇੱਥੇ ਕੰਮ ਕਰਨ ਡਿਆ ਵਾਂ ਐਡਾ ਨੈਸ਼ ਬੰਦਾ ਵਾ ਐਡੀ ਭੈੜੀ ਇਹਦੀ ਸ਼ਕਲ ਆ ਚੰਗਣਾ ਵਰਗੀ ਉਹ ਇੰਨੇ ਪੈਸੇ ਕਰੋੜਾਪਤੀ ਬੰਦਾ ਖਰੇ ਕਿੱਥੋਂ ਇਹਦੇ ਕੋਲ ਇੰਨਾ ਪੈਸਾ ਆਇਆ ਵਾ ਇਹ ਸ਼ੇਖ ਸਾਡੇ ਹੈ ਹੀ ਬੜੇ ਸ਼ਹਜ਼ਾਦੇ ਬੰਦੇ ਆ ਦੋ ਸ਼ੇਖ ਮਰੀ ਗਏ ਆ
ਤੇ ਇਹਨਾਂ ਨੇ ਇੱਕ ਕਮਰਾ ਕਿਰਾਏ ਤੇ ਲਿਆ ਤੇ ਦੋਨੋਂ ਹੀ ਮਰ ਗਏ। ਸਾਰੀ ਰਾਤ ਇੱਕ ਦੂਜੇ ਨੂੰ ਕਹਿੰਦੇ ਕਿ ਰੋਟੀ ਤੂੰ ਮਗਾਓ, ਕਹੇ ਰੋਟੀ ਤੂੰ ਮਗਾ। ਇੱਕ ਸ਼ੇਖ ਸਾਹਿਬ ਕੋ ਮੈਂ ਕੰਮ ਕਰਦਾ ਸੀਗਾ, ਮੈਂ ਕਿਹਾ ਸ਼ੇਖ ਸਾਹਿਬ ਮੇਰਾ ਮਹੀਨਾ ਵਧਾਓ, ਕਹਿੰਦੇ ਜਾ ਤੇਰਾ ਮਹੀਨਾ 40 ਦਿਨਾਂ ਦਾ ਹੋ ਗਿਆ। ਇੱਕ ਸ਼ੇਖ ਸਾਹਿਬ ਬਰਫ਼ ਦੇ ਉੱਤੇ ਬੈਠੇ, ਮੈਂ ਕਿਹਾ ਸ਼ੇਖ ਸਾਹਿਬ ਖੈਰ ਆ ਇੱਥੇ ਬੈਠੇ ਹੋ, ਕਹਿੰਦਾ ਮਰੀ ਦੇ ਮਜ਼ੇ ਲੈਣ ਦੇ। ਮਤਲਬ ਕਰੇ ਤਾਂ ਕੀ ਕਰੇ, ਬਰਾਦਰੀਆਂ ਬੜੀਆਂ ਯੁਗਤਾਂ ਕਰਨੀਆਂ। ਫੈਸਲਾਬਾਦ ਏਡਾ ਸੋਹਣਾ ਸ਼ਹਿਰ ਆ, ਹਰ ਤੁਰਿਆ ਆਉਂਦਾ ਜਾਂਦਾ ਬੰਦਾ ਇੱਥੇ ਯੁਗਤਾਂ ਕਰਦਾ। ਇੱਕ ਬੰਦੇ ਨੂੰ ਮੈਂ ਪੁੱਛਿਆ, ਮੈਂ ਕਿਹਾ ਭਾਈ ਘੰਟਾ ਘਰ ਕਿੱਥੇ ਆ, ਕਹਿੰਦਾ ਉੱਥੇ ਹੀ ਆ ਸਾਲਿਆ, ਉਹ ਕਿਹੜਾ ਕੰਮ 'ਤੇ ਜਾਂਦਾ। ਇੱਕ ਮੈਂ ਬਾਬੇ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਫੁਹਾਰਾ ਚੌਂਕ ਕਿੱਥੇ, ਉਹਨੇ ਮੇਰੇ ਫੁਹਾਰਾ ਹੱਥ 'ਚ ਫੜਾਇਆ, ਕਹਿੰਦਾ ਕਾਕਾ ਚੌਂਕ ਆਪ ਲੱਭ ਲੈ। ਕੀ ਕਰੇ ਬੰਦਾ ਇੱਥੇ, ਕੀ ਕਰੇ। ਹੋਰ ਇੱਥੇ ਮਲਕ ਬੜੀਆਂ ਯੁਗਤਾਂ ਕਰਦੇ ਆ। ਮਲਕਾਂ ਘਰ 'ਤੇ ਬੰਦਾ ਸੋਹਣਿਆ ਕੰਮ ਕਰੇ ਹੀ ਨਾ, ਨਾ ਤੇਲ ਮੁੱਕੇ ਅਤੇ ਨਾ ਜਾਂ ਛੁੱਟੇ। ਇੱਕ ਹੋਰ ਬੜੀ ਅੱਛੀ ਕੌਮ ਆ ਰਾਈ ਬਾਦਸ਼ਾਹ, ਫਰਿੱਜ ਭਰੀ ਗੋਸ਼ਤ ਨਾਲ ਅਤੇ ਰੋਟੀ ਫੇਰ ਗੰਢੇ ਨਾਲ। ਕੰਜੂਸ ਬੰਦੇ ਨੇ, ਸਾਰੀਆਂ ਕੌਮਾਂ ਥੁੱਕਦੀਆਂ ਆਥੂ ਆਥੂ, ਆ ਰਾਈ ਭਲਾ ਕਿਵੇਂ ਥੁੱਕਦੇ ਆ ਆਥੂ। ਸੋਚੀ ਆ, ਅਗਰ ਬੰਦੇ ਨੇ ਵੱਡਾ ਬੰਦਾ ਬਣਨਾ, ਅਮੀਰ ਆਦਮੀ ਬਣਨਾ, ਲੈਂਡਲਾਰਡ ਬਣਨਾ, ਬਿਜ਼ਨਸਮੈਨ ਬਣਨਾ, ਤੇ ਸੋਹਣਿਆ ਬੰਦਾ ਚੁੱਪ ਕਰਕੇ ਰਾਣਾ ਬਣ ਜਾਏ। ਰਾਣਾ ਬਣਨਾ ਕੋਈ ਔਖਾ ਕੰਮ ਨਹੀਂ, 17 ਦਿਨ ਟਕਾ ਕੇ ਝੂਠ ਬੋਲੋ ਤੇ ਰਾਣਾ ਤਿਆਰ। ਉਹ ਕੀ ਬਣੂਗਾ ਇਸ ਮੁਲਕ ਦਾ, ਬੇਰੁਜ਼ਗਾਰੀ ਇੰਨੀ ਵੱਧ ਗਈ ਆ। ਆਹ ਸਾਹਿਬ ਮੇਰੇ ਨੇ ਇੰਨਾ ਕੁ ਮੈਨੂੰ ਪਰੇਸ਼ਾਨ ਕਰ ਦਿੱਤਾ, ਮੈਂ ਤੈਨੂੰ ਛੱਡ ਕੇ ਕਿਤੇ ਦਫ਼ਾ ਹੋ ਜਾਣਾ। ਸਾਰੀ ਰਾਤ ਮੈਨੂੰ ਨੀਂਦ ਨਹੀਂ ਆਉਂਦੀ, ਐਡਾ ਨੂਰ ਆ ਇਸ ਬੰਦੇ ਦੇ ਚਿਹਰੇ ਦੇ ਉੱਤੇ, ਇੰਨਾ ਮੈਨੂੰ ਖੌਫ ਆਉਂਦਾ ਇਸ ਬੰਦੇ ਦੇ ਉੱਤੋਂ। ਮੈਂ ਤਾਂ ਕਹਿੰਦਾ ਮੈਂ ਇਹਦੀ ਗੱਡੀ ਲੈ ਕੇ ਨਿਕਲ ਜਾਵਾਂ ਕਿਤੇ, ਫਿਰ ਹੀ ਮੇਰੇ ਪੈਸੇ ਪੂਰੇ ਹੋਣੇ ਆ। ਇਹ ਸਾਹਿਬ ਜੀ ਕੀ ਕੁੱਤਖਾਨਾ ਪਾਇਆ ਏ, ਹਾਂ ਕੀ ਕੁੱਤਖਾਨਾ ਪਾਇਆ? ਸ਼ਕਲ ਦੇਖ ਕੇ ਕੁੱਤਖਾਨਾ ਪੈ ਜਾਂਦਾ, ਸ਼ਕਲ ਹੀ ਏਦਾਂ ਦੀ ਆ ਮਰਦੂਦ ਜਿਹੀ। ਕੀ ਹੋਇਆ, ਕਿਉਂ ਟੈਨਸ਼ਨ 'ਚ ਫਿਰ ਰਹੇ, ਕੀ ਗੱਲ ਆ, ਕੀ ਗੱਲ ਆ, ਕੀ ਗੱਲ ਆ, ਕੀ ਗੱਲ ਆ, ਮੇਰੇ ਪੈਸੇ ਕਿਉਂ ਨਹੀਂ ਦੇਣ ਦੇ ਤੁਸੀਂ? ਕਿਉਂ, ਮੈਨੂੰ ਫੜਾ ਕੇ ਗਿਆ ਸੀ ਓਏ, ਹਾਂ ਫੜਾ। ਮੈਂ ਤੇਰੇ ਇੱਥੇ ਪਿਓ ਦਾ ਮੁਲਾਜ਼ਮ ਲੱਗਾ ਵਾਂ, ਹੈ ਨਾ ਤੇਰੇ ਲੋ ਬੇਟੇ, ਤੇਰਾ ਪਿਓ ਵੀ ਮੇਰੇ ਪਿਓ ਦਾ ਮੁਲਾਜ਼ਮ। ਅੱਛਾ, ਤੇਰਾ ਦਾਦਾ ਵੀ ਮੇਰੇ ਦਾਦੇ ਦਾ ਮੁਲਾਜ਼ਮ, ਓਏ ਤੇਰਾ ਨਾਨਾ ਵੀ ਮੇਰੇ ਨਾਨੇ ਦਾ ਮੁਲਾਜ਼ਮ। ਅੱਛਾ, ਓਏ ਕੁੱਤਿਆ, ਤੁਹਾਡੀ ਇਹ ਜਿਹੜੀ ਨਸਲ ਆ ਅਸੀਂ ਬੋਲੀ ਆ। ਅੱਛਾ ਜੀ, ਇਹ ਸਾਹਿਬ ਜੀ ਮਾਸ਼ਾਅੱਲਾ, ਤੁਸੀਂ ਕਿੱਡੇ ਖੂਬਸੂਰਤ ਪੜ੍ਹੇ ਲਿਖੇ, ਕਿੱਡੇ ਅੱਛੇ ਨੌਜਵਾਨ, ਤੁਸੀਂ ਕਿੱਡੇ ਵੈਲ ਡਰੈਸ। ਇੱਕ ਸਵਾਲ ਦਾ ਜਵਾਬ ਤੇ ਦਿਓ, ਪੁੱਛੋ, ਇਹ ਜਦੋਂ ਬੱਚੀ ਬੱਚਾ ਹੋਣ ਵਾਲਾ ਹੁੰਦਾ, ਇਹ ਔਰਤਾਂ ਸੋਹਣੀਆਂ ਸੋਹਣੀਆਂ ਤਸਵੀਰਾਂ ਕਿਉਂ ਵੇਖਦੀਆਂ? ਕਿਉਂਕਿ ਬੇਟੇ ਬੱਚਾ ਸੋਹਣਾ ਪੈਦਾ ਹੋਵੇ। ਮੈਨੂੰ ਤਾਂ ਲੱਗਦਾ ਤੁਹਾਡੀ ਮਾਂ ਨੇ ਇੰਜਣ ਹੀ ਖੁੱਲਾ ਵੇਖਿਆ। ਗੱਲ ਸੁਣ, ਜਦੋਂ ਤੂੰ ਜੰਮਿਆ ਤੇਰੀ ਮਾਂ ਨੂੰ ਤਾਂ ਬੈਰੀਅਰ ਟਾਊਨ ਮਕਾਨ ਮਿਲਿਆ, ਹੈ ਨਾ, ਕੁੱਤਾ ਨਾ ਹੋਵੇ। ਤੈਨੂੰ ਤਮੀਜ਼ ਭੁੱਲ ਗਈ ਆ, ਤੇਰੇ ਮਾਲਕਾਂ ਦੇ ਨਾਲ ਗੱਲ ਕਿੱਦਾਂ ਕਰਨੀ ਆ? ਕਿੱਦਾਂ ਗੱਲ ਕਰਨੀ ਆ, ਟਾਈ ਲਾ ਕੇ ਆਵਾਂ ਤੇਰੇ ਵਾਸਤੇ? ਟਾਈ ਕੀ, ਤੇਰੀ ਤਾਂ ਆਪਣੀ ਟਾਈ ਸਹੀ ਨਹੀਂ ਹੈਗੀ, ਤੂੰ ਟਾਈ ਕੀ ਲਾਉਣੀ ਆ? ਇੱਧਰ ਇਹ ਦੱਸ, ਹਾਂਜੀ, ਸਿਗਰਟ ਪੀ ਕੇ ਧੂੰਆਂ ਕੱਢ ਲੈਂਦਾ? ਹਾਂਜੀ ਕੱਢ ਲੈਂਦਾ। ਤੇ ਭੈਣ ਦੇ ਕਮਰੇ ਚੋਂ ਬੰਦੇ ਕਿਉਂ ਨਹੀਂ ਕੱਢਣ ਡਿਆ? ਮੱਥਨ ਚੱਕਰਵਤੀ ਆ ਜੀ, ਮੈਂ ਸੁਣਿਆ ਤੁਹਾਡੀ ਭੈਣ ਦਾ ਪਤੀ ਆ। ਗਵਿੰਦਾ, ਮੈਂ ਸੁਣਿਆ ਤੁਹਾਡੀ ਅੰਮੀ ਉਹ ਤੋਂ ਬਹੁਤ ਸ਼ਰਮਿੰਦਾ। ਸੁਣੋ, ਹਾਂਜੀ, ਇਹ ਜਿਹੜਾ ਨਾਸਰ ਚਨਿਓਟੀ ਆ, ਹਾਂਜੀ, ਮੈਂ ਸੁਣਿਆ ਨਾ ਤਿੰਨ ਵਾਰੀ ਤੇਰੀ ਭੈਣ। ਅਕਸ਼ੇ ਕੁਮਾਰ ਆ, ਤੇਰੀ ਭੈਣ ਨੂੰ ਬੁਖਾਰ ਆ? ਤੇਰੀ ਭੈਣ ਦਾ ਯਾਰ ਆ? ਉਹ ਨਹੀਂ, ਮੇਰੇ ਭਰਾ ਦਾ ਯਾਰ ਆ। ਅੱਛਾ, ਇੱਕ ਗੱਲ ਹੋਰ ਦੱਸੋ, ਇਹ ਜਿਹੜਾ ਮਹਿਮੂਦ ਖਾਨ ਅਚਕਜ਼ਈ ਆ, ਮੈਂ ਸੁਣਿਆ ਉਹਨੇ ਤੁਹਾਡੀ ਭੈਣ ਦੀ ਕਿੰਨੀ ਬਕਵਾਸ। ਆਪਣੀ ਬੰਦ ਕਰ ਜ਼ੁਬਾਨ, ਆਪਣੀ ਤੇ ਕੰਟਰੋਲ ਕਰ, ਮੈਂ ਤੁਹਾਡੀਆਂ ਮਾਵਾਂ ਭੈਣਾਂ ਤਾਂ ਨਹੀਂ ਜਾਂਦਾ। ਕਿਉਂ, ਉਹ ਆਪ ਇੱਥੇ ਆ ਜਾਂਦੀਆਂ। ਸਾਹਿਬ ਮੇਰਾ ਦੇਖ ਲਓ ਕਿੱਡਾ ਇਹਦਾ ਬਸੁਰਾ ਮੂੰਹ ਆ, ਲੇਕਿਨ ਗਲਾ ਇਹਦਾ ਏਡਾ ਸੁਰੀਲਾ, ਏਡਾ ਇਹ ਸੋਹਣਾ ਖਾਂਦਾ। ਕੱਲ ਆਪਣੇ ਵਿਹੜੇ 'ਚ ਗਾਣਾ ਗਾਉਣ ਡਿਆ ਸੀ, ਸਾਥੀ ਮੁਝੇ ਮਿਲ ਗਿਆ ਮਿਲ ਗਿਆ ਮਿਲ ਗਿਆ, ਇਹਦਾ ਆਪਾਂ ਕਹਿੰਦਾ ਸਾਲਿਆ ਮੈਂ ਏਡੀ ਦੂਰ ਸੁੱਟ ਗਿਆ, ਤੈਨੂੰ ਕਿੱਥੋਂ ਮਿਲ ਗਿਆ?
टांगे वाला फेर मंगदा अपने कमरे च गया खांसी आई तो फारग हो गया ए भी सुहागरा तो अपनी बुढ़ी कहिंदा तेरे चक्कर आ जाए कहिंदी हां दोवें लत्तां चक्कियां विच ने सवार रख दित्ती अपनी बुढ़ी ने किस करके कहिंदा जानू तेरे मुंह च ते दांदी है नहीं कहिंदी कंजरा मुंह वाले पासे ते आ कल मैं ते घर गया दी भैण चंज फिरे मैं कहा की होया कहिंदा जी बैटरी फुली आ कल मैं भी ये घर गया बुआ खड़काए कहिंदी भैण ए तो भी बहुती काली मैं कहा कौन कहिंदा ब्लैकबेरी ਮਹੱਲੇ ਚ ਇਹਨੂੰ ਮਾਨਾ ਮਾਨਾ ਕਹਿੰਦਾ ਹੁੰਦਾ ਸੀ ਮੈਂ ਤੇ ਘਰੇ ਗਿਆ ਸੀ ਬਾਜੀ ਬਾਹਰ ਨਿਕਲੀ ਮੈਂ ਕਿਹਾ ਬਾਜੀ ਮਾਨਾ ਕਿੱਥੇ ਆ ਕਹਿੰਦੀ ਆ ਲੈ ਬਾਜੀ ਤੂੰ ਜਾ ਕਹਿੰਦੀ ਆ ਜਾ ਉਹ ਮਾਨਾ ਨਹੀਂ ਸੀ ਉਹ ਬਹਾਨਾ ਸੀ ਅੰਨੇ ਆ ਉਹ ਤੇਰੀ ਭੈਣ ਨੂੰ ਪਤਾ ਸੀ ਮੂੰਹ ਨਾ ਫਲਾਉਣਾ ਕਿ ਕਿਹਦੇ ਨਾਲ ਫਲਾਉਣਾ ਕੁੱਤਾ ਨਾ ਹੋਵੇ चुप कर जा मैं कुत्ते दे वीजे ते आया पता लगे अबू दा नाम लिखा होया सी अपनी मुट्टी नूं कहिंदा जानू जे मैं हुकूमत च हुंदा मैं हुकूमत बदल दिंदा कहिंदी कंजरा शलवार ते बदल ला रात दी मेरी पा के फिरन डे आ ਮੇਰੇ ਨਾਲ ਕੋਈ ਭੈਣ ਵਿਆਹੀ ਆ ਨਹੀਂ ਕੋਈ ਦੇਣ ਦਾ ਇਰਾਦਾ ਨਹੀਂ ਤੇ ਫਿਰ ਬਰਾਬਰ ਕਿਉਂ ਬੈਠਾ ਚੱਲੇ ਸੋਰੀ ਸਾਹਿਬ ਮੋਤੀ ਦਾ ਬੱਚਾ ਬੋਲ ਗਏ ਤੈਨੂੰ ਸਿਰ ਕੀ ਚੜਾ ਦਿਆ ਮੈਂ ਉਹ ਸਾਰੀ ਤੁਹਾਡਾ ਮੇਰਾ ਲਾਡ ਵੀ ਤੇ ਹੈ ਨਾ ਪਿਆਰ ਵੀ ਤੇ ਹੈ ਸਾਲਾ ਤੂੰ ਮੇਰਾ ਇਹ ਸਾਰੀ ਸਾਰੀ ਰਾਤ ਕੌਣ ਘੁੱਟਦਾ ਤੁਹਾਨੂੰ ਤੂੰ ਪਿੰਨੀਆਂ ਕੌਣ ਮਲਦਾ ਤੂੰ ਪੱਟ ਕੌਣ ਘੁੱਟਦਾ ਤੂੰ ਲੱਗ ਕੌਣ ਘੁੱਟਦਾ ਤੂੰ ਤੇ ਤੁਹਾਡੀ ਕੌਣ नाश्ता मैं थोनू करा देना की खाना पसंद करोगे बेटे अच्छी जी डिश बना के साफ अगे पेश करो नहीं तो कितों बाहरों ले आना तुहाडे वास्ते की हां हां तू इंज कर मेरे ज़हन च आ गया अज मेरा दिल कर रहा की यार तू पावे लेके आ पावे केदे को बिल्ले खरोड़े वाले को यार बिल्ले खरोड़े वाले को जाना वा हां ओनु का एक पावा दे दे एक जुबान दे दे ओदे कोल मैं जाना वा पावा तुहानू पै जाना ते जुबान तुहाडी बाहर आ जानी आपे ओ कुत्ते बहुत बद गया तू बहुत बद गया साथ गल सुन हां जी आई नहीं प्रॉपर्टी मैं किथे लेके जानी आ ये कब्र च मेरा मेरे कहने का मतलब भी तुसी चले जाना है इथे ही रहनी है अच्छा तेरी फुफी ने टाइम दिता कब्र च मेरे हां जी ले लो फिर तुसी दिल दिखाने वाली गल्ला करन दे मेरे हां सुन बेटे हां जी आ करोड़ों की जायदाद किथे लेके जाना मैं ना पैसा किते मैं चंदा भी यार कोई मेरे तो बाद हां जी ओदा ना होवे मेरी नस्ल चले आहा मेरा थानू फिर पता ही नहीं ओ मेरी गल सुन पहले मेरी गल तो सुन लो साहब जी थानू फिर पता ही नहीं ਤੁਹਾਡੇ ਤੋਂ ਬਾਅਦ ਤੁਹਾਡੀ ਨਸਲ ਮੇਰੇ ਤੋਂ ਹੀ ਚੱਲਣੀ ਆ ਮੈਂ ਹੀ ਰਹਿਣਾ ਘਰ ਤੁਸੀਂ ਤਾਂ ਆਪਣੇ ਬਿਜ਼ਨਸ ਵਾਸਤੇ ਬਾਹਰ ਦੇ ਮੁਲਕਾਂ 'ਚ ਗਏ ਹੁੰਦੇ ਹੋ ਮੇਰੀ ਗੱਲ ਸੁਣ ਹਾਂਜੀ ਮੈਂ ਚਾਹੁੰਦਾ ਵੀ ਮੈਂ ਸ਼ਾਦੀ ਕਰਾ ਲਵਾਂ ਬੇਟੇ ਤੁਸੀਂ ਹਾਂ ਤੂੰ ਦੇਣਾ ਅਖਬਾਰ ਦੇ ਵਿੱਚ ਇਸ਼ਤਿਹਾਰ ਅੱਛਾ ਇਸ਼ਤਿਹਾਰ ਦੇ ਕੇ ਇੱਕ ਜ਼ਰੂਰ ਤੇ ਰਿਸ਼ਤਾ 20 ਲੱਖ ਰੁਪਇਆ ਨੂੰ ਦਿੱਤਾ ਜਾਏਗਾ ਰਿਸ਼ਤਾ ਜਿਹੜਾ ਕਰੇਗਾ ਜਿਹੜਾ ਕਰਾਏਗਾ ਅੱਛਾ ਜੀ ਹਾਂ ਜਾਂ ਅਖਬਾਰ ਦੇ ਵਿੱਚ ਲਿਖਾ ਦੇ ਹਾਂ ਛਪਾ ਦੇ ਤੇ ਹਰ ਲੱਖ 'ਚ ਪਹੁੰਚਾ ਦੇ ਤੇ ਵਾਰਸ ਪੁਰੇ ਨਾ ਦੇਈਂ ਕਿਉਂ ਉਧਰ ਮੇਰੇ ਨਾਨਕੇ ਰਹਿੰਦੇ ਆ ਉਹਨਾਂ ਨੇ ਕਿਤੇ ਫਿਰ ਜਾਦੂ ਟੂਣਾ ਕਰਾਉਂਦੇ
ਗੱਲ ਤੁਹਾਡੀ ਸਹੀ ਹੈ, ਮੇਰੀ ਗੱਲ ਸੁਣੋ। ਇਹ ਵਾਰਸਪੁਰੇ ਦਾ ਵੀ ਮੇਰੇ ਕੋ ਹੱਲ ਹੈਗਾ, ਆਪਾਂ ਕੇਬਲ ਤੇ ਇਸ਼ਤਿਹਾਰ ਚਲਾ ਦਈਏ। ਆਹ ਸਨੀ ਕੇਬਲ ਵਾਲਾ ਮੇਰਾ ਯਾਰ ਆ, ਉਹਨੂੰ ਮੈਂ ਇੱਕ ਵਾਰੀ ਕਹਿਣਾ ਮੈਂ ਤੁਹਾਡਾ ਇਸ਼ਤਿਹਾਰ ਚੱਲ ਪੈਣਾ, ਫਿਰ ਰਿਸ਼ਤੇ ਦੀਆਂ ਲਾਈਨਾਂ ਲੱਗ ਜਾਣੀਆਂ ਇੱਥੇ। ਕੀ ਆ ਤੇਰਾ ਉਹ ਰਿਸ਼ਤੇਦਾਰ? ਨਹੀਂ ਨਹੀਂ ਕੀ ਆ ਤੇਰਾ ਉਹ ਰਿਸ਼ਤੇਦਾਰ ਆ ਮੇਰਾ, ਤੇਰਾ ਯਾਰ ਆ, ਆਹੋ ਤੇਰੀ ਭੈਣ ਦਾ ਵੀ ਯਾਰ ਆ। क्या बदतमीजी है, मैं भी तुहाडे जैसे शख्स नाल व्याह नहीं करना। हां